ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਤੇ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਵੱਡੀ ਖੁਸ਼ਖਬਰੀ ਦੇਣ ਲੱਗੇ ਆ ਜੀ ਚੰਡੀਗੜ੍ਹ ਪੁਲਿਸ ਦੇ ਵਿੱਚ ਜਿਹੜੀ ਆ ਕਾਂਸਟੇਬਲਾਂ ਦੀ ਭਰਤੀ ਦਾ ਨੋਟੀਫਿਕੇਸ਼ਨ ਅੱਜ ਆਊਟ ਹੋਇਆ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਕਿ ਕੌਣ-ਕੌਣ ਇਸ ਜਿਹੜੀ ਭਰਤੀ ਆਊਟ ਹੋਈ ਇਹਨੂੰ ਅਪਲਾਈ ਕਰ ਸਕਦਾ ਕੀ ਕੁਆਲਿਫਿਕੇਸ਼ਨ ਰਹੂਗੀ ਇਹਦੀ ਏਜ ਲਿਮਟ ਵਗੈਰਾ ਫੀਸ ਵਗੈਰਾ ਸਾਰਾ ਕੁਝ ਡਿਟੇਲ ਵਿੱਚ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਵੀਰ ਭਰਾ ਚੈਨਲ ਤੇ ਨਵੇਂ ਨੇ ਤੇ ਹੋਰ ਬੈਟਰ ਅਪਡੇਟਸ ਦੇ ਲਈ ਸਾਡਾ ਤੁਸੀਂ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਓ ਤਾਂ ਕਿ ਤੁਹਾਨੂੰ ਹਰੇਕ ਭਾਰਤੀ ਦੀਆਂ ਪੀਡੀਐਫ ਸਾਡੇ ਚੈਨਲ ਤੇ ਮਿਲ ਸਕਣ ਸੋ ਆਓ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਜਿਹੜਾ ਰਿਕਰੂਟਮੈਂਟ ਨੋਟਿਸ ਲਿਖਿਆ ਹੋਇਆ ਐਪਲੀਕੇਸ਼ਨਸ ਆਰ ਇਨਵਾਈਟਿਡ ਔਨ অর ਬਿਫੋਰ 27/6/2022 ਠੀਕ ਹੈ ਜਾਨੀ ਕਿ 27/6 ਜਿਹੜੀ ਇਹਦੀ ਲਾਸਟ ਡੇਟ ਰੈਡ ਵਾਲੀ ਹੈ ਠੀਕ ਹੈ ਤੇ ਦੋਸਤੋ ਕੌਨਸਟੇਬਲ ਰੈਂਕ ਦੀ ਪੋਸਟਾਂ 39 ਪੋਸਟਾਂ ਨੇ ਕਾਉਨਸਟੇਬਲ ਬੈਂਡ ਦੀਆਂ ਤੇ ਇਹਦੀ ਤਨਖਾਹ ਤੁਸੀਂ ਦੇਖ ਸਕਦੇ ਹੋ 19900 ਯਾਨੀ ਕਿ ਪੰਜਾਬ ਪੁਲਿਸ ਜਿਹੜਾ ਕਾਉਨਸਟੇਬਲ ਰੈਕ ਦੀ ਤਨਖਾਹ ਰਹੂਗੀ ਇਹਦੀ 19900 ਤਨਖਾਹ ਇਹਦੀ ਰਹਿਣੀ ਆ ਠੀਕ ਹੈ ਇੱਥੇ ਲਿਖਿਆ ਹੋਇਆ ਤੇ ਉਸ ਤੋਂ ਬਾਅਦ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਇਹਨਾਂ ਨੇ ਜਿਹੜੀਆਂ ਕੈਟਾਗਰੀ ਰੱਖੀਆਂ ਹੋਈਆਂ ਨੇ ਕੈਟਾਗਰੀ ਵਾਈਜ਼ ਰੱਖੇ ਹੋਏ ਨੇ ਇਹਨਾਂ ਨੇ ਤੇ ਬਾਕੀ ਦੋਸਤੋ ਜਿਹੜਾ ਹੈ ਡਿਟੇਲ ਵਾਲਾ ਹੋਊਗਾ ਉਹ ਇਹਨਾਂ ਨੇ ਵੈਬਸਾਈਟ ਦੇ ਉੱਪਰ ਅਪਲੋਡ ਕਰ ਦੇਣਾ ਇਸ ਨੋਟੀਫਿਕੇਸ਼ਨ ਇਹਨਾਂ ਨੇ ਜ਼ਿਆਦਾ ਡਿਟੇਲ ਨਹੀਂ ਦੱਸੀ ਬਟ ਆਪਾਂ ਤੁਹਾਨੂੰ ਪੂਰੀ ਡਿਟੇਲ ਪ੍ਰੋਵਾਈਡ ਤੇ ਏਜ ਲਿਮਿਟ ਦੇਖੋ ਦੋਸਤੋ 18 ਤੋਂ 25 ਸਾਲ ਇਹਨਾਂ ਨੇ ਰੱਖੀ ਹੋਈ ਹੈ ਜਨਰਲ ਕੈਂਡੀਡੇਟਸ ਦੇ ਲਈ ਤੇ ਐਸਸੀ ਜਿਹੜੇ ਕੈਂਡੀਡੇਟਸ ਨੇ ਉਹ 30 ਸਾਲ ਦੀ ਉਮਰ ਜਾਨੀ ਕਿ 5 ਸਾਲ ਦੀ ਰਿਲੈਕਸੇਸ਼ਨ ਉਹਨਾਂ ਨੂੰ ਤੇ ਓਬੀਸੀ ਕੈਂਡੀਡੇਟਸ ਲਈ ਇਹਨਾਂ ਨੇ ਹੈਗੀ ਹੈ 3 ਸਾਲ ਦੀ ਰਿਲੈਕਸੇਸ਼ਨ ਜਾਨੀ ਕਿ 28 ਸਾਲ ਤੱਕ ਇਹਨੂੰ ਅਪਲਾਈ ਕਰ ਸਕਦੇ ਨੇ ਠੀਕ ਹੈ ਜੀ ਤੇ ਬਾਕੀ ਰਿਲੈਕਸੇਸ਼ਨ ਦੋਸਤੋ ਐਕਸ ਸਰਵਿਸਮੈਨ ਲਈ ਵੀ ਹੈਗੀ ਹੈ 45 ਸਾਲ ਤੱਕ ਤੇ ਰਿਲੈਕਸੇਸ਼ਨ ਅਪ ਟੂ 5 ইয়ার্স ਇਨ ਐਡੀਸ਼ਨ ਟੂ ਐਸਸੀ ਓਬੀਸੀ ਰਿਲੈਕਸੇਸ਼ਨ ਫਾਰ ਚੰਡੀਗੜ੍ਹ ਹੋਮ ਗਾਰਡ ਵਾਲੰਟੀਅਰ ਜਿਹੜੇ ਚੰਡੀਗੜ੍ਹ ਦੇ ਹੋਮ ਗਾਰਡ ਵਾਲੰਟੀਅਰ ਨੇ ਜੀ ਉਹਨਾਂ ਨੂੰ 5 ਸਾਲ ਤੱਕ ਦੀ ਰਿਲੈਕਸੇਸ਼ਨ ਹੈਗੀ ਹੈ ਠੀਕ ਹੈ ਜੀ ਤੇ ਬਾਕੀ ਤੁਸੀਂ ਸਾਰੀ ਇਹ ਪੜ੍ਹ ਸਕਦੇ ਹੋ ਤੇ ਉਸ ਤੋਂ ਬਾਅਦ ਦੋਸਤੋ ਆਪਾਂ ਅੱਗੇ ਗੱਲ ਕਰ ਲੈਨੇ ਆ ਜਿਹੜੀ ਮਿਨੀਮਮ ਦੋਸਤੋ ਕੁਆਲੀਫਿਕੇਸ਼ਨ ਤੁਹਾਡੀ ਰਹਿਣ ਵਾਲੀ ਆ ਮਿਨੀਮਮ ਐਜੂਕੇਸ਼ਨ ਕੁਆਲੀਫਿਕੇਸ਼ਨ ਤੁਹਾਡੀ +2 ਰਹਿਣ ਵਾਲੀ ਹੈ ਜੀ ਠੀਕ ਹੈ +2 ਵਾਲੇ ਨੂੰ ਅਪਲਾਈ ਕਰ ਸਕਦੇ ਨੇ ਤੇ ਇਹਦੇ ਵਿੱਚ ਇਹਨਾਂ ਨੇ ਕੋਈ ਵੀ ਜਿਹੜਾ ਤੁਹਾਡਾ ਡਰਾਈਵਿੰਗ ਲਾਇਸੈਂਸ ਵਗੈਰਾ ਨਹੀਂ ਮੰਗਿਆ ਹੈਗਾ ਅਸਲ ਵਿੱਚ ਕੀ ਹੁੰਦਾ ਚੰਡੀਗੜ੍ਹ ਪੁਲਿਸ ਦੇ ਲਈ ਡਰਾਈਵਿੰਗ ਲਾਇਸੈਂਸ ਜ਼ਰੂਰੀ ਹੁੰਦਾ ਬਟ ਨੋਟੀਫਿਕੇਸ਼ਨ ਵਿੱਚ ਕਿਸੇ ਤੇ ਕਿਤੇ ਵੀ ਮੈਂਸ਼ਨ ਨਹੀਂ ਕੀਤਾ ਹੋਇਆ ਇਹਨਾਂ ਨੇ ਠੀਕ ਹੈ ਜੀ ਤੇ ਤੇ ਦੋਸਤੋ ਅੱਗੇ ਆਪਾਂ ਗੱਲ ਕਰ ਲਈਏ ਜਿਹੜੀ ਇਹਨਾਂ ਨੇ ਮਿਨੀਮਮ ਹਾਈਟ ਮੰਗੀ ਹੋਈ ਹੈ ਜੀ 5 ਫੁੱਟ 7 ਇੰਚ ਮੰਗੀ ਹੋਈ ਹੈ ਹਾਈਟ ਤੇ ਚੈਸਟ ਫਾਰ ਮੇਲ ਲਈ ਓਨਲੀ 33 ਇੰਚ ਇਹਨਾਂ ਨੇ ਮੰਗੀ ਹੋਈ ਹੈ ਜੀ ਵਿਦ ਐਕਸਪੈਂਸ਼ਨ ਠੀਕ ਹੈ ਜੀ ਐਕਸਪੈਂਸ਼ਨ ਦੇ ਨਾਲ ਬਾਕੀ ਰਿਲੈਕਸੇਸ਼ਨ ਜਿਹੜੀ ਹਾਈਟ ਤੇ ਜਸਟ ਵਿੱਚ ਹੈਗੀ ਆ ਜੀ ਉਹ ਹੈਗੀ ਆ ਦੋ ਇੰਚ ਇਹਨਾਂ ਨੇ ਕਿਹਾ ਰਿਲੈਕਸੇਸ਼ਨ ਹਾਈਟ ਤੇ ਜਸਟ ਵਿੱਚ ਰਹੂਗੀ ਟੂ ਦੀ ਵਾਰਡਸ ਸਨ ਓਨਲੀ ਆਫ ਵਰਕਿੰਗ ਔਰ ਰਿਟਾਇਰਡ ਜਿਹੜੇ ਉੱਥੇ ਚੰਡੀਗੜ੍ਹ ਦੇ EMPLOYEES ਨੇ ਉਹਨਾਂ ਲਈ ਰਹੂਗੀ ਇਹ ਠੀਕ ਹੈ ਤੇ ਬਾਕੀ ਹਿਲੀ ਏਰੀਆਜ਼ ਵਾਲਿਆਂ ਲਈ ਵੀ ਦੋ ਇੰਚ ਦੀ ਜਿਹੜੀ ਰਿਲੈਕਸੇਸ਼ਨ ਦਿੱਤੀ ਹੈ ਠੀਕ ਹੈ ਜੀ ਅੱਗੇ ਦੋਸਤੋ ਆਪਾਂ ਫੀਸ ਦੀ ਗੱਲ ਕਰ ਲਈਏ ਫੀਸ ਹੈ ਜਿਹੜੀ ਉਹ ਅਨਰਿਜ਼ਰਵਡ ਜਾਨੀ ਕਿ ਜਰਨਲ ਕੈਂਡੀਡੇਟਸ ਲਈ 500 ਰੁਪਏ ਫੀਸ ਰੱਖੀ ਹੋਈ ਹੈ ਅਦਰ ਬੈਕਵਰਡ ਜਾਨੀ ਕਿ OBC ਕੈਟਾਗਰੀਜ਼ ਲਈ 200 ਤੇ SC ਕੈਂਡੀਡੇਟਸ ਲਈ ਕੋਈ ਫੀਸ ਨਹੀਂ ਜੀ ਇਕਨੋਮਿਕਲ ਵੀਕਰ ਸੈਕਸ਼ਨ ਜਾਨੀ ਕਿ EWS ਵਾਲਿਆਂ ਲਈ ਵੀ ਕੋਈ ਫੀਸ ਨਹੀਂ ਐਕ ਸਰਵਿਸਮੈਨ ਵਾਲੇ ਲਈ ਵੀ ਕੋਈ ਫੀਸ ਜਿਹੜੀ ਆ ਉਹ ਨਹੀਂ ਇਹਨਾਂ ਨੂੰ ਪੇ ਕਰਨੀ ਹੋਊਗੀ ਠੀਕ ਹੈ ਜੀ ਤੇ ਸਾਰਾ ਦੋਸਤੋ ਪ੍ਰੋਸੈਸ ਹੈ ਜਿਹੜਾ ਫਾਰਮ ਭਰਨਾ ਆਨਲਾਈਨ ਆ ਤੇ ਆ ਇਹਨਾਂ ਦੀ ਵੈਬਸਾਈਟ ਤੁਸੀਂ ਇੱਥੇ ਜਾ ਕੇ ਵੀ ਫਾਰਮ ਭਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਦੋਸਤੋ ਜਿਹੜੀ ਲਾਸਟ ਡੇਟ ਰੱਖੀ ਹੋਈ ਹੈ ਇਹਨਾਂ ਨੇ ਦੋਸਤੋ ਰੱਖੀ ਹੋਈ ਹੈ 27 ਜ ਜਾਨੀ ਕਿ 27 ਜੂਨ ਤੱਕ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਤੇ ਥੋੜੇ ਟਾਈਮ ਤੱਕ ਇਹਨਾਂ ਦਾ ਜਿਹੜਾ ਲਿੰਕ ਹੈ ਅ ਭਾਰਤੀ ਦਾ ਆਫੀਸ਼ੀਅਲੀ ਲਿੰਕ ਆ ਮਤਲਬ ਕਿ ਕੀ ਇਹਦਾ ਪੀਐਮਟੀ ਕੀ ਫਿਜ਼ੀਕਲ ਹੋਊਗਾ ਸਾਰਾ ਕੁਝ ਇਹਨਾਂ ਨੇ ਆਪਣੀ ਵੈਬਸਾਈਟ ਦੇ ਉੱਪਰ ਪਾ ਦੇਣਾ ਹਜੇ ਮੈਂ ਵੈਬਸਾਈਟ ਚੈੱਕ ਕਰਕੇ ਹਟੇ ਹਜੇ ਕੁਝ ਵੀ ਨਹੀਂ ਜਿਹੜਾ ਇਹਨਾਂ ਨੇ ਪੋਸਟ ਕੀਤਾ ਹੈਗਾ ਠੀਕ ਹੈ ਜਸਟ ਇਹਨਾਂ ਦਾ ਇਹੀ ਨੋਟੀਫਿਕੇਸ਼ਨ ਹਜੇ ਆਇਆ ਠੀਕ ਹੈ ਜੀ ਤੇ ਇਹਨਾਂ ਨੇ ਲਿਖਿਆ ਹੋਇਆ ਹੈ ਕਿ ਵੈਬਸਾਈਟ ਦੇ ਉੱਪਰ ਜਲਦੀ ਹੀ ਅਸੀਂ ਪੋਸਟ ਕਰਾਂਗੇ ਤੇ ਜਦੋਂ ਵੀ ਨੋਟੀਫਿਕੇਸ਼ਨ ਆਊਗਾ ਆਫੀਸ਼ੀਅਲੀ ਠੀਕ ਹੈ ਵੈਸੇ ਦਾ ਇਹ ਅਖਬਾਰ ਦੀ ਕਟਿੰਗ ਹੈ ਤੇ ਜਦੋਂ ਵੀ ਨੋਟੀਫਿਕੇਸ਼ਨ ਆਊਗਾ ਇਹ ਮਤਲਬ 24 ਘੰਟਿਆਂ ਦੇ ਵਿੱਚ ਵਿੱਚ ਹੀ ਆ ਜਾਊਗਾ ਮੈਂ ਆਪਣੇ ਟੈਲੀਗ੍ਰam ਚੈਨਲ ਤੇ ਜਿਹੜਾ ਪੋਸਟ ਕਰ ਦੂੰਗਾ ਤੁਸੀਂ ਟੈਲੀਗ੍ਰam ਚੈਨਲ ਨੂੰ ਵਧੋ ਵੱਧ ਜੁਆਇਨ ਕਰ ਲਓ ਠੀਕ ਹੈ ਜੀ ਆਹ ਦੇਖੋ ਪੰਜਾਬੀ ਟ੍ਰਿਬਿਊਨ ਦੀ ਇਹ ਕਟਿੰਗ ਹੈ ਅੱਜ ਦੀ ਹੀ ਹੈ ਜੀ ਠੀਕ ਹੈ ਤੇ ਉੱਥੋਂ ਹੀ ਆਪਾਂ ਇਹ ਜਿਹੜਾ ਸਕਰੀਨਸ਼ਾਟ ਮਾਰਿਆ ਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਇਹ ਇਨਫੋਰਮੇਸ਼ਨ ਜਿਹੜੀ ਹੈ ਸ਼ੇਅਰ ਕਰਾਂ ਤਾਂ ਕਿ ਤੁਹਾਡੇ ਤੱਕ ਹਰ ਅਪਡੇਟਸ ਜਿਹੜੇ ਨੇ ਪਹੁੰਚਦੇ ਰਹਿਣ ਤੇ ਦੋਸਤੋ ਜੇਕਰ ਤੁਹਾਡੀ ਕੋਈ ਕੁਇਰੀਜ਼ ਹੁੰਦੀ ਹੈ ਜਾਂ ਤੁਸੀਂ ਫਾਰਮ ਇਹ ਸਾਡੇ ਥਰੂ ਵੀ ਭਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਇੰਸਟਾਗ੍ਰam ਤੇ ਸੰਪਰਕ ਕਰ ਸਕਦੇ ਹੋ ਅਸੀਂ ਜਿਹੜੀ ਫਾਰਮ ਭਰਨ ਦੀ ਫੀਸ ਹੈ ਇਹ 50 ਰੁਪਏ ਰੱਖੀ ਹੋਈ ਹੈ ਠੀਕ ਹੈ ਇਹ ਜਿਹੜੇ ਚਾਰਜਸ ਨੇ ਅਸੀਂ ਤੁਹਾਡੇ ਤੋਂ ਕੱਲੇ ਫਾਰਮ ਭਰਨ ਦੇ ਹੀ ਲਵਾਂਗੇ ਠੀਕ ਹੈ ਜੀ ਤੇ ਬਾਕੀ ਦੋਸਤੋ ਜਦੋਂ ਵੀ ਇਹਦਾ ਅਪਡੇਟ ਆ ਗਿਆ ਘੰਟੇ ਤੋਂ ਘੰਟੇ ਤੱਕ ਆ ਜੂਗਾ ਮੇਰੇ ਖਿਆਲ ਚ ਤੇ ਉਸ ਤੋਂ ਬਾਅਦ ਮੈਂ ਜਿਹੜੇ ਆਪਣੇ ਟੈਲੀਗ੍ਰam ਚੈਨਲ ਤੇ ਨਾਲ ਦੀ ਨਾਲ ਪੋਸਟ ਕਰ ਦੂੰਗਾ ਸੋ ਟੈਲੀਗ੍ਰam ਚੈਨਲ ਤੇ ਵੱਧੋ ਵੱਧ ਜੁੜੋ ਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਨੂੰ ਸਬਸਕ੍ਰਾਈਬ ਕਰੋ ਸਾਡੇ ਨਾਲ ਤੁਸੀਂ ਰਾਬਤਾ ਵੀ ਕਰ ਸਕਦੇ ਹੋ ਇੰਸਟਾਗ੍ਰam ਦੇ ਉੱਪਰ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਸੋ ਅਗਲੀ ਵੀਡੀਓ ਵਿੱਚ ਮਿਲਾਂਗੇ ਦੋਸਤੋ ਧੰਨਵਾਦ ਸਤਿ ਸ੍ਰੀ ਅਕਾਲ